ਜਿਹੜਾ ਗੁਰੂ ਦਰਬਾਰ ਸਾਹਿਬ ਨੂੰ ਐਸ ਦਾ ਮੋਸਟ ਗਿਫਟਡ ਪਲੇਸ ਆਫ ਵਰਲਡ ਦਾ ਖਿਤਾਬ ਮਿਲਿਆ, ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ? ਉਹਦੇ ਬਾਰੇ ਇੱਦਾਂ ਜੀ, ਇਹ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਹੈ ਇਹ ਸਰਵ ਧਰਮਾਂ ਦਾ ਸਾਂਝਾ ਸਥਾਨ ਹੈ। ਭਾਵੇਂ ਇੱਕ ਆਮ ਵਿਚਾਰ ਚੱਲ ਰਹੇ ਨੇ ਵੀ ਇਹ ਚਾਰ ਦਰਵਾਜ਼ੇ ਨੇ ਅਤੇ ਚਾਰੇ ਪਾਸੋਂ ਚਾਰੇ ਧਰਮਾਂ ਦੇ ਸਾਂਝੇ ਲੋਕ ਆ ਸਕਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਸਾਂਝੇ ਚਾਰੇ ਧਰਮਾਂ ਦੇ ਸਾਂਝੇ ਲੋਕ ਆ ਤਾਂ ਸਕਦੇ ਆ, ਜਿਹੜਾ ਧਰਮ ਮਰਜ਼ੀ ਆਵੇ, ਪਰ ਇਹਦੇ ਵਿੱਚ ਜਿਹੜੀ ਮਰਿਆਦਾ ਹੋਵੇਗੀ ਉਹ ਚਾਰੇ ਧਰਮਾਂ ਦੀ ਸਾਂਝੀ ਨਹੀਂ ਹੋਵੇਗੀ। ਉਹ ਮਰਿਆਦਾ ਕੇਵਲ ਤੋਂ ਕੇਵਲ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਰਸਾਈ ਹੋਈ ਹੈ ਮਰਿਆਦਾ ਉਹੀ ਚੱਲੇਗੀ ਅਤੇ ਅਕਾਲ ਤਖਤ ਦੇ ਮੁਤਾਬਕ ਮਰਿਆਦਾ ਹੋਵੇਗੀ ਅਤੇ ਜਿਹੜੀ ਵੀ ਸੰਗਤ ਆਉਂਦੀ ਹੈ ਸਤਿਕਾਰ ਸਾਰੇ ਧਰਮਾਂ ਦਾ ਹੋਵੇਗਾ, ਪਰ ਜਿਹੜੀ ਉੱਥੇ ਦੀ ਜੋ ਕੰਸਟੀਟਿਊਟ ਨੇ, ਜੋ ਅਸੂਲ ਨੇ, ਸਿਧਾਂਤ ਨੇ, ਜੋ ਮਰਿਆਦਾ, ਉਹ ਜਦ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਰਸਾਈ ਆ ਉਹੀ ਜਿਹੜਾ ਅਸਲ ਵਿੱਚ ਇਹ ਤਾਂ ਬਹੁਤ ਮਾਣ ਦੀ ਗੱਲ ਹੈ ਵੈਸੇ ਤਾਂ, ਜਿਹੜਾ ਐਡਾ ਵੱਡਾ ਅਵਾਰਡ ਮਿਲ ਗਿਆ ਅਤੇ ਸਾਡੇ ਆਪਣੇ ਹਰਿਮੰਦਰ ਸਾਹਿਬ ਨੂੰ, ਇਕੱਲੇ ਸਿੱਖਾਂ ਦਾ ਨਹੀਂ ਹੈ, ਜਗਤ ਪ੍ਰਸਿੱਧ ਸਥਾਨ ਹੈ, ਇਹਦੇ ਵਿੱਚ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਤੀ ਵਿਤਕਰਾ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਇਹਦੇ ਵਿੱਚ, ਅਤੇ ਸਭ ਨੂੰ ਜਿੱਥੇ ਸਰੀਰ ਦੀ ਖੁਰਾਕ 24 ਘੰਟੇ ਲੰਗਰ ਵੀ ਮਿਲਦਾ ਅਤੇ ਨਾਲ ਉੱਥੇ ਆਤਮਾ ਦੀ ਖੁਰਾਕ ਭਜਨ ਵੀ ਨਾਲ ਮਿਲਦਾ। ਲੰਗਰ ਦੇ ਉੱਪਰ ਕੇਂਦਰ ਸਰਕਾਰ ਨੇ GST ਲਾਇਆ, ਉਹਦੇ ਬਾਰੇ ਜਾਣਨਾ ਚਾਹੁੰਦੇ? ਇਹ ਜਿਹੜਾ ਲੰਗਰ ਦੇ ਉੱਪਰ GST ਲਾਇਆ ਇਹਦੇ ਵਾਸਤੇ ਤਾਂ ਬਹੁਤ ਮਾੜੀ ਗੱਲ ਆ। ਖੈਰ ਗੁਰੂ ਘਰਾਂ ਦੇ ਉੱਪਰ, ਲੰਗਰਾਂ ਦੇ ਉੱਪਰ, ਕਿਉਂਕਿ ਇਹ ਕਿਸੇ ਪ੍ਰੋਪਰ ਕਿਸੇ ਪਾਰਟੀਕੁਲਰ ਇੱਕ ਪਾਰਟੀ ਦਾ ਲੰਗਰ ਤਾਂ ਹੈ ਨਹੀਂਗਾ, ਇਹ ਗੁਰੂ ਕੇ ਲੰਗਰ ਦੇ ਪਹਿਲਾਂ ਤੋਂ ਗੁਰੂ ਘਰਾਂ ਵਿੱਚ ਲੰਗਰ ਚੱਲਦੇ ਆਏ ਨੇ ਅਤੇ ਇਹ ਜਿਹੜੇ ਗੁਰੂ ਕੇ ਲੰਗਰ ਚੱਲਦੇ ਆ ਇਹ ਲੋਕ ਜੇ ਸੰਗਤਾਂ ਦੀ ਡੋਨੇਸ਼ਨ ਹੁੰਦੀ ਆ ਨਾ, ਦਾਨ ਕਰਦੇ ਨੇ, ਸੇਵਾ ਕਰਦੇ ਨੇ, ਉਹਨਾਂ ਦੀ ਸੇਵਾ ਦੇ ਨਾਲ ਇਹ ਲੰਗਰ ਚੱਲਦੇ ਆ ਅਤੇ ਇਹਨਾਂ ਦੀ ਸੇਵਾ ਦੇ ਵਿੱਚ ਇਹ GST ਨਹੀਂ ਲੱਗਣੀ ਚਾਹੀਦੀ। ਮੈਂ ਸਮਝਦਾ ਵੀ ਇਹ ਤਾਂ GST ਤੋਂ ਕੇਂਦਰ ਸਰਕਾਰ ਨੂੰ ਸਮਾਂ ਬੇਨਤੀ ਵੀ ਕਰਾਂਗੇ ਵੀ ਇਹ GST ਤੋਂ ਇਹਨੂੰ ਛੋਟ ਦਿੱਤੀ ਜਾਵੇ ਸ੍ਰੀ ਹਰਿਮੰਦਰ ਸਾਹਿਬ ਨੂੰ। ਪਾਸ ਕਰਕੇ ਸਵਾਲ ਹੋਰ ਕਰਨਾ ਜੀ, ਜਿਹੜਾ ਅਕਾਲ ਤਖਤ ਸਾਹਿਬ ਤੋਂ ਅੱਜ ਨਵਾਂ ਫਰਮਾਨ ਜਾਰੀ ਹੋਇਆ ਗੁਰਪੁਰਬ ਦੇ ਬਾਰੇ, ਉਹਦੇ ਸੰਗਤਾਂ ਨੂੰ ਬੜਾ ਵਿਵਾਦ ਹੈ, ਕੋਈ 25 ਤਰੀਕ ਨੂੰ ਮਨਾਉਣ ਨੂੰ ਕਹਿ ਰਿਹਾ, ਕੋਈ 5 ਨੂੰ ਮਨਾਉਣ ਕਹਿ ਰਿਹਾ, ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ? ਦੇਖੋ ਜੀ, ਇਹਦੇ ਨਾਲ ਪੰਥ ਅੱਜ ਬੜਾ ਦੁਬਿਧਾ ਵਿੱਚ ਪਿਆ ਹੋਇਆ, ਬੜੇ ਵਿਵਾਦ ਵਿੱਚ ਪਿਆ ਹੋਇਆ, ਪਰ ਅਸਲ ਵਿੱਚ ਸਾਨੂੰ ਪੂਰੀ ਕਾਇਨਾਤ ਸਿੱਖ ਕੌਮ ਨੂੰ ਕੇਵਲ ਤੋਂ ਕੇਵਲ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਸਾਨੂੰ ਉਹਨੂੰ ਮੰਨਣ ਦੀ ਜ਼ਰੂਰਤ ਹੈ ਅੱਜ ਦੇ ਟਾਈਮ 'ਤੇ। ਅਤੇ ਅਸੀਂ ਆਪਣੀ ਗੱਲ ਦੱਸਦੇ ਹਾਂ, ਅਸੀਂ ਸੰਪੂਰਨ ਜੀਵਨ ਸਾਡਾ ਸਾਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਉੱਥੋਂ ਜੋ ਫਰਮਾਨ ਹੋਇਆ ਅਤੇ ਅਸੀਂ ਉਸ ਫਰਮਾਨ ਦੇ ਉੱਪਰ ਨਤਮਸਤਕ ਰਹਾਂਗੇ, ਸਦਾ ਵਾਸਤੇ ਰਹਾਂਗੇ। ਸਰ